मैं मनजीत कौर स्वागत करती हूँ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਸ਼ਾਹੀ ਪਨੀਰ ਬਣਾ ਕੇ ਤਿਆਰ ਕਰਾਂਗੇ। ਬਹੁਤ ਵਧੀਆ ਬਣ ਕੇ ਤਿਆਰ ਹੋਊਗਾ। ਇਹਨੂੰ ਬਣਾਉਣ ਵਾਸਤੇ 250 ਗ੍ਰਾਮ ਪਨੀਰ ਲਿਆ ਆ। ਪਨੀਰ ਜਿਹੜਾ ਆ ਇਸ ਤਰੀਕੇ ਦੇ ਨਾਲ ਆਪਾਂ ਮੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕੀਤਾ ਆ। ਪਨੀਰ ਨੂੰ ਜਦੋਂ ਵੀ ਬਣਾਉਣਾ ਆ ਤਾਂ ਜੇ ਤੁਸੀਂ ਫਰਿੱਜ ਦੇ ਵਿੱਚ ਰੱਖਿਆ ਹੋਇਆ ਤਾਂ ਉਹਨੂੰ 1.5-2 ਘੰਟੇ ਪਹਿਲਾਂ ਬਾਹਰ ਕੱਢ ਕੇ ਰੱਖਣਾ ਆ। ਉਸ ਤੋਂ ਬਾਅਦ ਉਹਦੀ ਸਬਜ਼ੀ ਬਣਾਉਣੀ ਆ, ਕਿਉਂਕਿ ਜੇ ਇੱਕਦਮ ਆਪਾਂ ਫਰਿੱਜ ਦੇ ਵਿੱਚੋਂ ਕੱਢ ਕੇ ਪਨੀਰ ਬਣਾਉਂਦੇ ਆ ਤਾਂ ਪਨੀਰ ਜਿਹੜਾ ਆ ਸਖਤ ਬਣਦਾ ਆ, ਫਿਰ ਨਰਮ ਨਹੀਂ ਬਣਦਾ। ਹੁਣ ਦੇਖੋ ਆਪਾਂ ਪਨੀਰ ਇੱਕਦਮ ਇੱਦਾਂ ਨਰਮ ਆ, ਸਾਨੂੰ ਇਸ ਤਰੀਕੇ ਦਾ ਪਨੀਰ ਚਾਹੀਦਾ ਆ। ਇਸ ਤੋਂ ਇਲਾਵਾ 2 ਚਮਚੇ ਦਹੀਂ ਲਿਆ ਆ, ਦਹੀਂ ਨੂੰ ਫੈਂਟ ਲਿਆ। ਦਹੀਂ ਜਿਹੜਾ ਆ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਦਾ ਧਿਆਨ ਰੱਖਣਾ। ਜੇ ਦਹੀਂ ਖੱਟਾ ਹੋਵੇ ਤਾਂ ਦਹੀਂ ਜਦੋਂ ਆਪਾਂ ਮਸਾਲੇ ਦੇ ਵਿੱਚ ਭੁੰਨਣਾ ਆ ਤਾਂ ਦਹੀਂ ਫਟ ਜਾਂਦਾ ਆ। ਅੱਧੀ ਕੌਲੀ ਤਾਜ਼ੀ ਮਲਾਈ ਲਈ ਆ, ਮਲਾਈ ਦੀ ਜਗ੍ਹਾ ਤੇ ਤੁਸੀਂ ਕਰੀਮ ਦਾ ਇਸਤੇਮਾਲ ਵੀ ਕਰ ਸਕਦੇ ਹੋ। 15-20 ਕਾਜੂ ਲਏ ਆ, ਇਹ 2 ਫੜ ਕਾਜੂ ਨੇ। ਇਹਨਾਂ ਕਾਜੂਆਂ ਦੇ ਵਿੱਚ ਅਸੀਂ ਗਰਮ ਪਾਣੀ ਪਾ ਦੇਣਾ ਆ। ਗਰਮ ਪਾਣੀ ਪਾ ਕੇ ਇਹਨੂੰ ਅਸੀਂ ਭਿਓ ਕੇ ਰੱਖਤਾ। 3 ਟਮਾਟਰ ਲਏ ਆ, ਟਮਾਟਰ ਜਿਹੜੇ ਆ ਇੱਕਦਮ ਲਾਲ ਲੈਣੇ ਆ। ਥੋੜ੍ਹਾ ਜਿਹਾ ਆਪਾਂ ਲਿਆ ਅਦਰਕ, ਲਸਣ ਦੀਆਂ ਕਲੀਆਂ ਨੇ 10-15, 3 ਸੁੱਕੀਆਂ ਹੋਈਆਂ ਲਾਲ ਮਿਰਚਾਂ ਨੇ। ਸਾਬੁਤ ਮਸਾਲੇ ਦੇ ਵਿੱਚ ਪਾਵਾਂਗੇ। ਸਾਬੁਤ ਮਸਾਲੇ ਪਾਉਣ ਦੇ ਨਾਲ ਸਬਜ਼ੀ ਦੇ ਵਿੱਚ ਬਹੁਤ ਵਧੀਆ ਸਵਾਦ ਆਉਂਦਾ ਆ। 2 ਤੇਜ਼ ਪੱਤਾ ਆ, 1 ਛੋਟਾ ਟੁਕੜਾ ਦਾਲਚੀਨੀ ਦਾ, 2 ਹਰੀਆਂ ਇਲਾਇਚੀਆਂ, 1 ਮੋਟੀ ਇਲਾਇਚੀ, 1 ਫੁੱਲ ਜਵਿੱਤਰੀ ਦਾ, 4 ਲੌਂਗ, 3 ਪਿਆਜ਼ ਲਏ ਆ। ਪਿਆਜ਼ ਜਿਹੜੇ ਆਪਾਂ ਇਸ ਤਰੀਕੇ ਦੇ ਨਾਲ ਥੋੜ੍ਹੇ ਮੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕੀਤੇ ਆ। ਹੁਣ ਇਹਦੇ ਵਾਸਤੇ ਆਪਾਂ ਮਸਾਲਾ ਤਿਆਰ ਕਰਦੇ ਹਾਂ। ਫਰਾਈਪੈਨ ਦੇ ਵਿੱਚ 1 ਚਮਚਾ ਤੇਲ ਦਾ ਪਾਵਾਂਗੇ। ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਲਿਆ। 1 ਚਮਚਾ ਪਾਵਾਂਗੇ ਜੀਰੇ ਦਾ। ਜੀਰੇ ਨੂੰ ਭੁੰਨ ਲਿਆ, ਸਾਬ ਤੇ ਮਸਾਲੇ ਪਾ ਲੈਣੇ। ਪਿਆਜ਼ ਪਾ ਦਾਂਗੇ। ਇੱਕ ਮਿੰਟ ਤੱਕ ਪਿਆਜ਼ ਭੁੰਨਿਆ ਹੈ। ਅਦਰਕ, ਲਸਣ ਤੇ ਲਾਲ ਮਿਰਚ ਇਹਨਾਂ ਨੂੰ ਵੀ 1 ਮਿੰਟ ਲਈ ਭੁੰਨ ਲਿਆ। ਟਮਾਟਰ ਪਾ ਦਾਂਗੇ। ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦੇਣਾ ਹੈ। 2 ਕੱਪ ਪਾਣੀ ਦੇ ਪਾ ਦਾਂਗੇ। ਮਿਲਾ ਦਾਂਗੇ ਇੱਕ ਵਾਰੀ। ਮਿਲਾਉਣ ਤੋਂ ਬਾਅਦ ਸੇਕ ਮੀਡੀਅਮ ਕਰ ਦੇਣਾ ਆ। ਮੀਡੀਅਮ ਸੇਕ ਦੇ ਉੱਪਰ ਢੱਕ ਕੇ ਇਹਨੂੰ 8 ਤੋਂ 10 ਮਿੰਟ ਤੱਕ ਪੱਕਣ ਦੇਵਾਂਗੇ। 8-10 ਮਿੰਟ ਹੋ ਗਏ ਆ ਪੱਕਦੇ ਨੂੰ। ਟਮਾਟਰ, ਪਿਆਜ਼ ਸਾਰੀਆਂ ਚੀਜ਼ਾਂ ਨਰਮ ਹੋ ਗਈਆਂ। ਗੈਸ ਪਰ ਬੰਦ ਕਰ ਦੇਣੀ ਆ। ਗੈਸ ਬੰਦ ਕਰਕੇ ਇਹ ਸਾਰੇ ਮਸਾਲੇ ਨੂੰ ਠੰਡਾ ਕਰ ਲੈਣਾ ਹੈ। ਮਸਾਲਾ ਹੋ ਗਿਆ ਠੰਡਾ। ਮਸਾਲੇ ਨੂੰ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਇਹਨੂੰ ਪੀਸ ਲੈਣਾ ਆ। ਮਸਾਲੇ ਦੇ ਵਿੱਚ ਇਹਦਾ ਥੋੜ੍ਹਾ ਜਿਹਾ ਪਾਣੀ ਛੱਡਣਾ ਆ ਤਾਂ ਕਿ ਸਾਨੂੰ ਬਾਅਦ 'ਚ ਜਦੋਂ ਪੀਸਣਾ ਮਸਾਲਾ ਉਦੋਂ ਪਾਣੀ ਪਾਉਣ ਦੀ ਲੋੜ ਨਾ ਪਵੇ। ਮਸਾਲਾ ਪੀਸ ਕੇ ਤਿਆਰ ਆ, ਇਹਨੂੰ ਆਪਾਂ ਸਾਈਡ 'ਤੇ ਰੱਖ ਲੈਣਾ ਆ। ਹੁਣ ਦੂਸਰਾ ਜੱਗ ਲਵਾਂਗੇ। ਕਾਜੂ ਭਿਓ ਕੇ ਰੱਖੇ ਸੀ, ਕਾਜੂ ਨੂੰ ਵੀ ਪੀਸ ਲਾ। ਕਾਜੂ ਪੀਸ ਕੇ ਤਿਆਰ ਆ, ਇਹਨੂੰ ਆਪਾਂ ਸਾਈਡ 'ਤੇ ਰੱਖਦੇ। ਜਿਹੜਾ ਪਹਿਲਾਂ ਮਸਾਲਾ ਪੀਸ ਕੇ ਤਿਆਰ ਕੀਤਾ ਸੀ ਉਹਨੂੰ ਅਸੀਂ ਇੱਕ ਵਾਰ ਛਾਣ ਲੈਣਾ ਹੈ।
मसाले नूं छाण लिया, जिहड़ा इह मोटा मसाला निकलिया इहनूं आपां बाहर कढ देणा। हुण लवांगे आपां इक कौली, इहदे विच पावांगे 1 चमचा लाल मिर्च पाउडर, 1 चमचा धनिया पाउडर, आधा चमचा हल्दी, 1 चमचा कश्मीरी लाल मिर्च पाउडर। इन्हां सारिआं मसालिआं नूं थोड़ा जिहा पाणी पा के मिला लेना। फ्राई पैन दे विच पावांगे 2-3 चमचे तेल दे। तेल नूं थोड़ा जिहा गर्म करके 2 चुटकियां हिंग पावांगे। मसाले पा देने, इस तरीके दे नाल तुसी मसाले पाने होण, हमेशा इदां भिओ के मसाले पाओ, फिर मसालियां नूं ज़्यादा सेक नहीं लगता। थोड़ा जिहा इहनूं भुन लाँगे, 1 मिनट तक भुनने मसाले। उपर प्याज, टमाटर, लसन, अदरक, इहदी जिहड़ी प्योरी बना के रखी है सारी पा देनी। थोड़ा जिहा पानी पा के सारा मसाला आपां उतार लिया। 2 मिनट लई इहनूं सेक लवावांगे, मीडियम सेक रखना है, ज़्यादा तेज़ नहीं रखना सेक। छाण के जदों आपां बणाउंदे हां ग्रेवी, फिर एकदम इहदा स्मूथ बनदी आ। जिहड़े मोटे कोई भी टुकड़े हुंदे आ, जिवें साबुत मसाले पाए, उह सारे फिर निकल जांदे आ। 2 मिनट सेक लवाउण तों बाद मसाले दे विच एक उबाला आना शुरू हो गया। जदों मसाला इहदा उबलन लग जाए, फिर इहदे विच 2 छोटे चमचे दही दे पा देने। मिला देंगे फटाफट, दही नूं उदों तक मिलाना है जदों तक मसाला उबलन नहीं लग जाता, नहीं तो दही फिर कई बार फट जाता। दही बिल्कुल भी नहीं फटिया, दही खट्टा नहीं होना चाहिए, जे खट्टा होगा दही फिर भी फट जाता है, तो दही नूं फेंट के फिर पाना है। हुण इहदे च पीसे हुए काजू पा देंगे, दो मिनट तक घट तो घट इन भुनना है ताकि काजू का जो फिर कच्चापन वह निकल जाता है। काजू नूं भुन लिया, हुण इहदे च पावांगे 1 चमचा टमैटो सॉस। टमैटो सॉस देखो ये अपना ता पानी है क्योंकि जिहड़ी शाही पनीर की ग्रेवी हुंदी आ उहदे च हल्की जी मिठास हुंदी आ, चाहे तुसी टमैटो सॉस पा लो ते चाहे तुसी 1 चमचा जां 1/2 चमचा इहदे विच खंड पा सकते हो, स्वाद दे हिसाब नाल पावांगे लूण। मैं 1 छोटा चमचा लूण दा पाया है, 1/2 चमचा शाही पनीर मसाला मिला देंगे। गरम मसाला पाना चाहो गरम मसाला ही पा सकते हो, गरम मसाला ता नहीं पाया क्योंकि पहला आप साबते मसाले पाते से। सारिया चीज़ा मिला के हुण असी मलाई पा देनी है। मलाई पा के मिलाता पनीर पा देंगे, ਉਪਰੋਂ ਦੀ ਢੱਕ ਦਾਂਗੇ। ਢੱਕ ਕੇ ਮੀਡੀਅਮ ਸੇਕ ਦੇ ਉੱਤੇ 5 ਤੋਂ 7 ਮਿੰਟ ਤੱਕ ਇਹਨੂੰ ਆਪਾਂ ਸੇਕ ਲਵਾਉਣਾ ਹੈ। ਸ਼ਾਹੀ ਪਨੀਰ ਬਣ ਕੇ ਤਿਆਰ ਆ, 5-7 ਮਿੰਟ ਲਈ ਆਪਾਂ ਇਹਨੂੰ ਸੇਕ ਲਵਾਇਆ, ਜ਼ਿਆਦਾ ਸੇਕ ਨਹੀਂ ਲਵਾਉਣਾ ਕਿਉਂਕਿ ਨਹੀਂ ਤਾਂ ਪਨੀਰ ਜਿਹੜਾ ਹੈ ਸਖਤ ਹੋ ਜਾਂਦਾ ਹੈ। ਇੱਕ ਵਾਰੀ ਮਿਲਾ ਦਾਂਗੇ, ਗੈਸ ਬੰਦ ਕਰ ਦੇਣੀ। ਪਨੀਰ ਦੇਖੋ, ਪਨੀਰ ਦਾ ਟੈਕਸਚਰ, ਗ੍ਰੇਵੀ ਦਾ ਰੰਗ ਬਹੁਤ ਜ਼ਿਆਦਾ ਵਧੀਆ ਦੇਖਣ ਦੇ ਵਿੱਚ ਆਇਆ। ਇਹਦੇ ਵਿੱਚ ਧਨੀਆ ਪਾਉਣ ਦੀ ਜ਼ਰੂਰਤ ਨਹੀਂ ਹੈ,
सुकी मेथी होवे तुहाडे कोल तां तुसीं उह तड़के दे विच पा सकदे हो। शाही पनीर बन के तैयार आ, बहुत ज़्यादा वधिया बन के तैयार होया है, एकदम स्मूद, एकदम सिल्की, जिवें दा आपां रेस्टोरेंट दे विच आ के खाने आ, बिल्कुल उस तरीके दा इहदा स्वाद आ। इहनूं तुसीं रोटी दे नाल, परौंठे दे नाल, नान दे नाल बना के सर्व कर सकते हो। इसे तरीके दे नाल इहनूं बना के खाओ। वीडियो नूं प्लीज़ लाइक ते शेयर जरूर करिया करो। चैनल ते पहली बारी आके वीडियो देखदे पे हो तां चैनल नूं सबसक्राइब जरूर करके जायो। वीडियो देखने लई बहुत बहुत धन्यवाद।